ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਚਾਲ ਆ? ਠੀਕ ਆ, ਮੈਂ ਵੀ ਬਿਲਕੁਲ ਠੀਕ ਠਾਕ ਹਾਂ। ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਦਾ ਦਿਨ, ਅੱਜ ਦਾ ਵਲੋਗ ਸ਼ੁਰੂ ਕਰਦੇ ਹਾਂ। ਸੁਬਹਾ ਸੁਬਹਾ ਮੈਂ ਹੱਥੇ ਆ ਗਿਆ। ਠੀਕ ਹੈ, ਦੋਨੋਂ ਟਰੈਕਟਰ ਮਾਸ਼ਾਅੱਲਾ ਆਪਣੇ ਖੜ੍ਹੇ ਨੇ। ਪਹਿਲੇ ਅੱਜ ਚੱਲਦੇ ਹਾਂ ਮਿਸਤਰੀ ਕੋਲ ਜ਼ਰਾ। ਇੱਕ ਤਾਂ ਯਾਰ ਇਹਦਾ ਸਾਹਿਬ ਦਾ ਉੱਪਰੋਂ ਰੈਡੀਏਟਰ ਵਾਲਾ ਜਿਹੜਾ ਪਾਣੀ ਹੈ ਨਾ, ਉਹ ਲੀਕ ਕਰ ਰਿਹਾ, ਉਹ ਚੈੱਕ ਕਰਵਾਉਂਦੇ ਹਾਂ। ਠੀਕ ਹੈ, ਦੂਸਰਾ ਯਾਰ ਇਹਦਾ ਵੀਲ ਵਾਲਾ ਪਾਵਰ ਜੈਕ ਨੂੰ ਮਸਲਾ ਬਣਿਆ ਹੋਇਆ, ਪਾਵਰ ਜੈਕ ਇਹਦਾ ਚੈੱਕ ਕਰਵਾਉਂਦੇ ਹਾਂ। ਠੀਕ ਹੈ, ਉਹ ਆਪਣਾ ਧੁੱਪ ਚੜ ਗਈ ਹੋਈ, ਮਾਲ ਅੰਦਰ ਕਰ ਰਿਹਾ, ਬੱਕਰੀਆਂ ਨੂੰ ਖੋਲ ਦਿੰਦੇ। ਓਏ ਕੀ ਕਰਦਾ, ਮੈਨੂੰ ਕੇਨ ਚੱਕ ਲਿਆ, ਡੀਜ਼ਲ ਲੈ ਆਈ, ਆ ਜਾ ਮੋਟਰਸਾਈਕਲ ਤੇ ਬਹਿ ਚੱਲੀਏ। ਅੱਜ ਬਹੁਤ ਲੋ ਜੀ, ਮਿਸਤਰੀ ਸਾਹਿਬ ਨੂੰ ਲੈ ਗਏ, ਡੀਜ਼ਲ ਲੈਣ ਗਏ ਸੀ। ਮਿਸਤਰੀ ਸਾਹਿਬ ਨੂੰ ਵੀ ਨਾਲ ਹੀ ਚੱਕ ਲਿਆ। ਮਿਸਤਰੀ ਕੀ ਰੋਲਾ ਹੂੰ? ਵਜਾ ਉਹ ਮਿਸਤਰੀ ਸਾਹਿਬ, ਕੋਈ ਗੱਲ ਬਣੀ ਜਾਂ ਨਹੀਂ? ਗੱਲ ਬਣ ਗਈ। ਓਏ ਉਹਨੇ ਪੈਦਲੋਂ ਪੈਦਲ ਹੀ ਚੱਲ ਜਾਣਾ। ਕੰਮ ਹੋ ਗਿਆ ਸਾਰਾ, ਮਿਸਤਰੀ ਸਾਹਿਬ ਨੂੰ ਮਨ ਨੂੰ ਅਪੜਾਉਣ ਜਾ ਰਿਹਾ। ਮੈਂ ਤੇਰਾ ਟਰੈਕਟਰ ਸਟਾਰਟ ਕਰ ਦਿੰਦਾ।
ਵਾਪਸ ਆ ਗਏ। ਥੱਕ ਹੋ ਗਿਆ, ਰੋਟਾਵੇਟਰ ਫਿਰ ਗਿਆ 1 ਕਿੱਲੇ ਨੂੰ। ਠੀਕ ਹੈ ਜੀ, ਦੁਬਾਰਾ ਦੇਖਦੇ ਹਾਂ, ਹੱਲ ਲੈ ਕੇ ਜਾਂਦੇ ਹਾਂ, ਕਿਉਂਕਿ ਹੱਲ ਹੁਣ ਕੱਲ੍ਹ ਨੂੰ ਦੁਬਾਰਾ ਪਾਣੀ ਦੀ ਵਾਰੀ ਹੈ, ਇਸ ਵਾਸਤੇ ਉਹਦੇ ਵਾਸਤੇ ਤਿਆਰੀ ਕਰਨੀ ਹੈ, ਕਿਉਂਕਿ ਰਾਏ ਦਾ ਸੀਜ਼ਨ ਚੱਲ ਰਿਹਾ, ਰਾਇਆ ਕੱਢਣਾ, ਇਸ ਵਾਸਤੇ ਉਹਨੂੰ ਪਹਿਲੇ ਹੱਲ ਫੇਰ ਕੇ ਦੁਬਾਰਾ ਉਹਨੂੰ ਇੱਕ ਵਾਰੀ ਓਪਨ ਖੋਲ੍ਹ ਦੇਣੀ ਹੈ, ਜ਼ਮੀਨ ਨੂੰ ਹਵਾ ਸ਼ਵਾਰ ਫਿਰ ਜਾਵੇ, ਫਿਰ ਉਹਦੇ ਵਾਸਤੇ ਜਪਸਮ ਉੱਤੇ ਧੂੜ ਦਾਂਗੇ, ਫਿਰ ਫਾਈਨਲ ਸੁਹਾਗਾ ਦੇ ਦਾਂਗੇ। ਠੀਕ ਹੈ, ਦੇਖਦੇ ਹਾਂ ਹੁਣੇ ਇਹ ਕਰਨਾ ਜਾਂ ਕੱਲ੍ਹ ਤਾਂ ਰੱਖਦੇ ਹਾਂ, ਕਿਉਂਕਿ ਕੱਲ੍ਹ ਰਾਤ ਨੂੰ ਸ਼ਾਮ ਨੂੰ ਵਾਰੀ ਹੈ ਪਾਣੀ, ਉਸ ਤੋਂ ਪਹਿਲੇ ਇਹ ਕਰਨਾ। ਹੋਰ ਤੁਸੀਂ ਦੱਸੋ ਯਾਰ, ਕਿੱਦਾਂ ਦੀ ਵੀਡੀਓ ਲੱਗਦੀ ਪਈ ਤੁਹਾਨੂੰ? ਅਗਰ ਅੱਛੀ ਲੱਗਦੀ ਇਹਨੂੰ ਕੰਟੀਨਿਊ ਕਰੀਏ, ਕੀ ਹੋਰ ਦੇਖਣਾ ਚਾਹੁੰਦੇ ਹੋ ਤੁਸੀਂ ਉਹ ਵੀ ਦੱਸੋ, ਸਾਰਾ ਕੁਛ ਦੱਸੋ ਯਾਰ ਪਲੀਜ਼। ਉਹ ਬਾਲਟੀ ਚੁੱਕ ਲਾ, ਮਨੂ ਆ ਗਿਆ। ਠੀਕ ਹੈ ਜੀ, ਇੱਥੇ ਸਟੀਲ ਦੀ ਬਾਲਟੀ ਕੋਈ ਨਹੀਂ ਬਾਈ? ਦੁਬਾਰਾ ਮੈਂ ਕਿਹਾ ਰੋਟਾਵੇਟਰ ਫੇਰ ਲਈ ਇੱਥੇ ਨਾਲ ਹੀ, ਰੋਟਾਵੇਟਰ ਥੋੜ੍ਹਾ ਜਿਹਾ ਰਹਿੰਦਾ, ਕਿਉਂਕਿ ਫਿਰ ਨਾ ਕੰਮ ਖਤਮ ਕਰੀਏ ਰੋਟਾਵੇਟਰ ਦਾ ਯਾਰ। ਹੱਲ ਸਵੇਰੇ ਸਹੀ ਬਹੁਤ ਗੰਦਾ ਹੋਇਆ ਹਾਂ ਟਰੈਕਟਰ ਵੀ ਯਾਰ। ਮੈਂ ਨਾ ਟਰੈਕਟਰ ਥੋੜ੍ਹਾ ਜਿਹਾ ਅੱਗੇ ਕਰਦਾ, ਮੈਨੂੰ ਉੱਥੇ ਇੱਕ ਪੈਪ ਲਿਆ ਕੇ ਨਾ ਇਹਦੇ ਰੈਡੀਏਟਰ ਨੂੰ ਨਾ ਫੁਹਾਰਾ ਮਾਰਨਾ ਵਾ, ਹੈ ਸੂਈ ਚੌਕ। ਬਸ ਕਰ ਬਸ ਕਰ ਮੈਨੂੰ, ਆ ਜਾ ਆ ਜਾ, ਉਹ ਪੰਪ ਚਲਾ। ਮੈਂ ਕਿਹਾ ਯਾਰ ਇਹਦੇ ਨਾ ਰੈਡੀਏਟਰ ਨੂੰ ਜ਼ਰਾ ਪਾਣੀ ਮਾਰ ਲਓ, ਰੋਟਾਵੇਟਰ ਫੇਰ
ਰੂਟਾਵੇਟਰ ਫੇਰ ਫੂਰ ਲਿਆ ਵਾ ਵੀਅਰਸ, ਹੁਣ ਹੱਲ ਫੇਰ ਰਿਹਾ ਮਾਨੀ, ਉਹ ਸ਼ਾਇਦ ਤੁਹਾਨੂੰ ਨਜ਼ਰ ਆ ਰਿਹਾ ਹੋਵੇ। ਠੀਕ ਹੈ ਯਾਰ, ਇਹ ਨਾ ਰਕਬਾ ਕਰਵਾਇਆ ਸੀਗਾ ਨੀਵਾਂ, ਠੀਕ ਹੈ, ਉਹ ਉਦੋਂ ਦਾ ਉੱਦਾਂ ਹੀ ਪਿਆ ਸੀਗਾ ਕਿਉਂਕਿ ਪਿਛਲੇ ਦਿਨੋਂ ਬਾਰਿਸ਼ਾਂ ਸ਼ੁਰੂ ਹੋ ਗਈਆਂ ਹੋਈਆਂ ਸੀਗੀਆਂ, ਬਾਰਿਸ਼ਾਂ ਦੀ ਵਜ੍ਹਾ ਤੋਂ ਇਹ ਵਿੱਚ ਇੱਦਾਂ ਹੀ ਰਹਿ ਗਿਆ, ਹੁਣ ਬਹੁਤ ਮੁਸ਼ਕਲ ਜਿਹਾ ਹੋ ਗਿਆ ਹੈ ਕਿਉਂਕਿ ਬਹੁਤ ਸਖ਼ਤ ਜ਼ਮੀਨ ਹੋ ਗਈ ਹੋਈ ਹੈ। ਇਸ ਵਾਸਤੇ 2-3 ਦਿਨ ਹੋ ਗਏ ਇਸ ਕਿਆਰੇ ਦੇ ਉੱਤੇ ਨਾ ਲੱਗੇ ਹੋਏ, ਅਤੇ ਵਕਫੇ ਵਕਫੇ ਨਾਲ ਉਹਨੂੰ ਹੱਲ ਬੰਨਦੇ ਰਹਿੰਦੇ ਹਾਂ। ਠੀਕ ਹੈ, ਇਸ ਵਾਸਤੇ ਹੁਣ ਤਾਂ ਤਕਰੀਬਨ ਰਲਿਆ ਮਿਲਿਆ ਜਿਹਾ ਹੋ ਗਿਆ ਹੈ, ਅੱਲਾਹ ਖੈਰ ਰੱਖੇ। ਬਸ ਇਸ ਤੋਂ ਬਾਅਦ ਹੁਣ ਕਲੀਅਰ ਆ ਸਾਰਾ ਕੁਛ, ਫਿਰ ਕੱਲ੍ਹ ਨੂੰ ਲੈਵਲ ਬੁਲਾਵਾਂਗੇ ਇੱਥੇ, ਇਹਨੂੰ ਲੈਵਲ ਕਰਵਾਵਾਂਗੇ ਕਿਉਂਕਿ ਇਹਦੇ ਵਿੱਚ ਵੀ ਫਿਰ ਰਾਏ ਗੱਡਣਾ ਹੈਗਾ, ਰਾਏ ਦੀ ਤਿਆਰੀ ਆ ਹੁਣ, ਇਹੀ ਦਿਨ ਨਾ ਰਾਏ ਦੇ, ਕਿਉਂਕਿ ਫਿਰ ਅੱਗੇ ਅਕਤੂਬਰ ਸਟਾਰਟ ਹੋ ਜਾਣਾ, ਤਾਂ ਅਕਤੂਬਰ ਦੇ ਵਿੱਚ ਤੁਹਾਨੂੰ ਪਤਾ ਵਾ ਫਿਰ ਮਿਡ ਦੇ ਵਿੱਚ ਜਾ ਕੇ ਗੰਦਮ ਦਾ ਸੀਜ਼ਨ ਸਟਾਰਟ ਹੋ ਜਾਂਦਾ ਵਾ, ਅਤੇ ਗੰਦਮ ਗੱਡਣੀ ਹੁੰਦੀ ਹੈ ਕਿਉਂਕਿ ਜਿਤਨੀ ਨਵੰਬਰ ਤੋਂ ਪਹਿਲੇ ਪਹਿਲੇ ਤੁਸੀਂ ਗਾੜ ਲਓ ਤਾਂ ਫਿਰ ਉਹ ਔਸਤ ਅੱਛੀ ਰਹਿੰਦੀ ਹੈ। ਬਹਰਹਾਲ ਠੀਕ ਹੈ, ਅੱਜ ਦਾ ਵਲੋਗ ਯਾਰ ਇੱਥੇ ਐਂਡ ਕਰਦੇ ਹਾਂ। ਬਾਕੀ ਯਾਰ ਅਗਰ ਅੱਛਾ ਲੱਗਿਆ ਹੋਵੇ ਵਲੋਗ, ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਔਰ ਆਪਣੀ ਫੀਡਬੈਕ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਕਿ ਕੈਸਾ ਲੱਗਿਆ ਵਲੋਗ। ਠੀਕ ਹੈ, ਬਾਕੀ ਫੀ ਅਮਾਨ ਅੱਲਾ, ਕੱਲ੍ਹ ਤੱਕ, ਓਕੇ, ਅੱਲਾ ਹਾਫਿਜ਼।